ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਾਰੰਟੀ ਨਾਲ ਕਰਵਾਓ, ਪਿਆਰ 'ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390-9786। ਪਿਛਲੀ 26 ਤਰੀਕ ਨੂੰ ਅਗਵਾ ਹੋਈ 19 ਸਾਲਾ ਲੜਕੀ ਅਨਮੋਲ ਕੌਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਲਕਾ ਅਜਰਾਲਾ ਦੀ ਰਹਿਣ ਵਾਲੀ ਅਨਮੋਲ ਕੌਰ ਕੋਰਸ ਕਰਨ ਲਈ ਆਉਂਦੀ ਸੀ। 2 ਦਿਨ ਪਹਿਲਾਂ ਰਣਜੀਤ ਐਵੀਨਿਊ ਇਲਾਕੇ 'ਚ ਜਦੋਂ ਉਹ ਬੱਸ 'ਚੋਂ ਉਤਰੀ ਤਾਂ ਅਲਟੋ ਕਾਰ 'ਤੇ ਸਵਾਰ ਕੁਝ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ। ਬਾਅਦ 'ਚ ਅਗਵਾਕਾਰਾਂ ਨੇ ਅਨਮੋਲ ਦੇ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਲੋਹਾਰਕਾ ਰੋਡ 'ਤੇ ਇੱਕ ਨਿੱਜੀ ਸਕੂਲ ਨੇੜਿਓ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਹੋਇਆ ਇਹਨਾਂ ਨੇ ਜਿਹੜਾ ਵਾ ਉਹ ਇੱਥੇ ਕੋਰਸ ਕਰਦੀ ਪੜ੍ਹਨ ਵਾਸਤੇ ਆਈ, ਗੱਡੀ 'ਚੋਂ ਉਤਰੀ ਆ, ਉਹਨਾਂ ਨੇ ਜਿਹੜਾ ਵਾ ਉਹ ਅਗਵਾ ਕਰ ਲਈ ਆ। ਅਗਵਾ ਕਰਕੇ ਮੁੜ ਕੇ ਉਹਨਾਂ ਨੇ ਫੋਨ ਕੀਤਾ ਥੋੜ੍ਹੇ ਚਿਰ ਬਾਅਦ ਵੀ ਪੱਕੇ ਸ਼ਹਿਰਾਂ ਦੀ ਸੜਕ 'ਤੇ 20 ਲੱਖ ਰੁਪਈਆ ਲੈ ਕੇ ਆ ਜਾਓ ਅਤੇ ਜੇ ਨਾ ਕੇ ਲਿਆਉਂਦਾ ਤੁਹਾਡੀ ਕੁੜੀ ਮਾਰਤੀ ਜਾਊਗੀ। ਪਤਾ ਨੀ ਕੀ ਕਰਦਾ, ਜਿਹੜੇ ਮਰੌਲੀ ਮੰਗਦੇ ਕੀ ਕੰਮ ਕਰਦੇ, ਕੋਈ ਗੈਂਗਸਟਰ ਆ ਕੇ ਕੌਣ ਇਹਦੇ ਕੌਣ ਨਹੀਂ, ਇਹਦੇ ਪੁਲਿਸ ਨੂੰ ਪਤਾ ਵੀ ਉਹ ਕੀ ਹੈਗਾ, ਸਾਨੂੰ ਉਹਦੇ ਬਾਰੇ ਪਤਾ ਨਹੀਂ। ਛੱਬੀ ਤਰੀਕ ਨੇ ਕੁੜੀ ਅਗਵਾਈ ਸੀਗੀ, ਉਹਦੇ ਬੇਸਿਸ 'ਤੇ ਫਿਰੌਤੀ ਮੰਗੀ ਗਈ ਸੀਗੀ 20 ਲੱਖ ਰੁਪਏ ਦੀ, ਜੋ ਆਪਾਂ ਬੰਦਾ ਜਿਹੜਾ ਮੇਨ ਅਕਿਊਜ਼ ਫੜ ਲਿਆ ਵਾ ਅਤੇ ਕੁੜੀ ਦੀ ਜਿਹੜੀ ਹੈਗੀ ਆ ਮੌਤ ਹੋ ਗਈ ਸੀ, ਇਹਨਾਂ ਨੇ ਉਸੇ ਦਿਨ ਕੁੜੀ ਨੂੰ ਮਾਰ ਦਿੱਤੀ। ਕਿੰਨੇ ਬੰਦੇ ਸੀ? ਇੱਕ ਬੰਦਾ ਸਾਹਮਣੇ ਆਇਆ ਮੇਨ ਜਿਹੜਾ ਹੈਗਾ। ਕਿਹੜੀ ਗੱਡੀ ਦੇ ਵਿੱਚ ਆਏ ਸੀ ਜਦੋਂ? ਆਲਟੋ ਕਾਰ ਵਿੱਚ ਲੈ ਕੇ ਜਾਓ। ਅਤੇ ਕੋਈ ਸਰ ਰਾਜਨੀਤੀ ਵੀ ਇਹਦੇ ਮਗਰ ਬੋਲਦੀ ਵੀ ਕੁਛ ਜਾਂ ਫਿਰ ਕੋਈ ਨਹੀਂ ਆਇਆ? 19 ਸਾਲ ਦਾ ਮੁੰਡਾ ਜੀ, ਸਕੂਲ ਪੜ੍ਹਦਾ ਰਿਹਾ ਪਹਿਲਾਂ ਕੁੜੀ ਦੇ ਨਾਲ, ਰਾਜਨੀਤੀ ਵਾਲਾ ਕੋਈ ਆ ਜਿਹਾ ਨਹੀਂ, ਸਿਰਫ ਫਿਰੌਤੀ ਕਰਕੇ ਉਹਨੇ ਫਿਰੌਤੀ ਕਰਕੇ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਮਾਮਲੇ ਦੀ ਤਫਤੀਸ਼ ਜਾਰੀ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਹੈ। ਅੰਮ੍ਰਿਤਸਰ ਤੋਂ ਸਾਜਨ ਚੌਹਾਨ ਦੀ ਖਾਸ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।